ਵੈਲਕਮ ਟੂ ਸਿਮਰਨ ਬੁਟੀਕ ਆਰਟ ਐਂਡ ਸੋ ਵਿਦਪਿੰਦਰ। ਅੱਜ ਆਪਾਂ ਜਿੱਪਰ ਲਗਾਵਾਂਗੇ ਸ਼ਰਟ ਨੂੰ, ਅਤੇ ਤੁਸੀਂ ਵੀਡੀਓ ਨੂੰ ਫੁੱਲ ਵੀਡੀਓ ਧਿਆਨ ਨਾਲ ਦੇਖਿਓ ਕਿ ਜਿੱਪਰ ਲਾਉਣ ਦਾ ਈਜ਼ੀ ਅਤੇ ਆਸਾਨ ਤਰੀਕਾ ਹੈਗਾ ਇਹ ਮੇਰਾ, ਅਤੇ ਇਹਨੂੰ ਤੁਸੀਂ ਫੋਲੋ ਕਰੋਗੇ ਤਾਂ ਤੁਹਾਡੇ ਲਈ ਵੀ ਈਜ਼ੀ ਹੋ ਸਕਦਾ ਹੈਗਾ ਆ। ਮੈਂ ਜਿਹੜੀ ਇਹ ਪੱਟੀ ਬਣਾਈ ਆ ਐਂਟਰਫੇਸਿੰਗ ਕਰਕੇ ਪੱਟੀ ਮੈਂ ਬਣਾ ਲਈ ਸੀਗੀ। ਇਹ ਮੈਂ ਪੱਟੀ ਜਿਹੜੀ ਕੱਢਦੀ ਹਾਂ, ਮੈਂ ਆਲਵੇਜ਼ ਕਲਮੀਆਂ ਜਦੋਂ ਕੱਟਦੀ ਉਹਨਾਂ ਦੇ ਵਿੱਚੋਂ ਕੱਢਦੀ ਹੈਗੀ ਹਾਂ। ਅਤੇ ਜਦੋਂ ਆਪਾਂ ਪੱਟੀ ਲਗਾਉਣੀ ਹੈਗੀ ਆ ਤਾਂ ਮਿਡਲ ਦੇ ਵਿੱਚੋਂ ਪਹਿਲਾਂ ਇੱਕ ਸਿਲਾਈ ਲਗਾ ਕੇ, ਤੁਸੀਂ ਦੇਖ ਲਿਆ ਹੋਣਾ ਮੈਂ ਥੋੜ੍ਹਾ ਜਿਹਾ ਦੱਸਣ ਦੇ ਵਿੱਚ ਲੇਟ ਹੈਗੀ ਹਾਂ, ਅਤੇ ਪੈਰ ਦੀ ਸਿਲਾਈ ਛੱਡ ਕੇ ਅਤੇ ਆਪਾਂ ਇਹਨੂੰ ਸਿਲਾਈ ਕਰ ਲੈਣਾ ਹੈਗਾ ਆ। ਹੁਣ ਆਪਾਂ ਇਹਨੂੰ ਮਿਡਲ ਦੇ ਵਿੱਚੋਂ ਸਿਲਾਈ ਦੇ ਉੱਪਰੋਂ ਕੱਟਣਾ, ਅਤੇ ਐਂਡ ਦੇ ਜਾ ਕੇ ਧਿਆਨ ਦੇ ਨਾਲ ਕੱਟਣਾ ਹੈਗਾ ਆ, ਕਿਉਂਕਿ ਆਪਣੀ ਜਿਹੜੀ ਐਂਡ ਆ ਉੱਥੇ ਕੱਟਣ ਕੇ ਲੱਗ ਕੇ ਆਪਣਾ ਟਾਂਕਾ ਨਾ ਟੁੱਟ ਜਾਵੇ। ਅਤੇ ਹੁਣ ਆਪਾਂ ਇਹਨੂੰ ਦਬਵੀਂ ਸਿਲਾਈ ਲਗਾ ਕੇ ਸਾਫ਼ ਕਰਕੇ ਸਿਲਾਈ ਲਗਾਉਣੀ ਹੈਗੀ ਆ, ਕਿਉਂਕਿ ਵਾਲ ਨਾ ਪਵੇ ਜਦੋਂ ਆਪਾਂ ਪੱਟੀ ਲਗਾਈ ਹੈਗੀ ਆ। ਹੁਣ ਆਪਾਂ ਇਹਨੂੰ ਫੋਲਡ ਕਰਕੇ ਲਗਾ ਕੇ ਅਤੇ ਸਿਲਾਈ ਲਗਾ ਕੇ ਪੱਟੀ ਰੈਡੀ ਕਰ ਲਵਾਂਗੇ ਪ੍ਰੋਪਰਲੀ। ਜਦੋਂ ਆਹ ਸਿਲਾਈ ਲਗਾਉਣੀ ਆ, ਜੋੜ ਕੇ ਬਰਾਬਰ ਕਰਕੇ ਸਿਲਾਈ ਬਿਲਕੁਲ ਕੋਲ ਕਰਕੇ ਸਿਲਾਈ ਲਗਾਉਣੀ ਆ, ਚੰਗੀ ਤਰ੍ਹਾਂ ਫੜ ਕੇ ਸਿੱਧਾ ਕਰਕੇ, ਅਤੇ ਵਲ ਨਹੀਂ ਪੈਣਾ ਚਾਹੀਦਾ ਜਦੋਂ ਆਪਾਂ ਇਹ ਸਿਲਾਈ ਲਗਾਉਣੀ ਹੈਗੀ ਆ। ਹੁਣ ਮੈਂ ਤੁਹਾਨੂੰ ਸਿਲਾਈ ਲਗਾ ਕੇ ਦਿਖਾਉਂਗੀ ਕਿ ਮੈਂ ਇਹਨੂੰ ਬਿਲਕੁਲ ਨੇੜੇ ਕਰਕੇ ਸਿਲਾਈ ਲਗਾਈ ਹੈਗੀ ਆ। ਹੁਣ ਆਪਾਂ ਜਿੱਪਰ ਜਿਹੜੀ ਆ ਇਹਨੂੰ ਇੱਕ ਦੋ ਵਾਰੀ ਖੋਲ੍ਹ ਕੇ ਦੇਖ ਲਓ ਕਿ ਜਿੱਪਰ ਖਰਾਬ ਨਾ ਹੋਵੇ, ਆਪਣੀ ਮਿਹਨਤ ਐਵੇਂ ਨਾ ਜਾਵੇ ਲੱਗੀ ਹੋਈ। ਅਤੇ ਜਿੱਪਰ ਨੂੰ ਉੱਪਰੋਂ ਜੋੜ ਕੇ ਅਤੇ ਇਹਨੂੰ ਟਾਂਕੇ ਦੇ ਨਾਲ ਜੋੜ ਕੇ ਬਰਾਬਰ 'ਤੇ ਸਿਲਾਈ ਲਗਾ ਲੈਣੀ ਆ। ਇਹਦੇ ਨਾਲ ਇਸ ਤਰ੍ਹਾਂ ਕਰਨ ਦੇ ਨਾਲ ਆਪਣਾ ਵਲ ਨਹੀਂ ਪੈਂਦਾ ਹੈਗਾ ਜਿੱਪਰ ਦੇ ਵਿੱਚ, ਜਿੱਪਰ ਬਿਲਕੁਲ ਬਰਾਬਰ ਤੋਂ ਲੱਗਦੀ ਆ। ਅਤੇ ਸ਼ਰਟ ਦੇ ਉੱਪਰ ਮਾਰਕ ਕਰ ਲੈਣਾ ਜਿੱਥੋਂ ਆਪਾਂ ਜਿੱਪਰ ਲਗਾਉਣੀ ਆ, ਫਿਰ ਦੋਨੇ ਜਿਹੜੇ ਸਾਈਡਾਂ ਨੇ ਜਿੱਪਰ ਦੀਆਂ ਉਹ ਇੱਕੋ ਜਗ੍ਹਾ ਤੋਂ ਲੱਗਦੀਆਂ ਨੇ। ਅਤੇ ਹੁਣ ਆਪਾਂ ਇਹਨੂੰ ਪੂਰੇ ਜਿਹੜਾ ਆਮ ਸਟਿਚਿੰਗ ਪੁੱਟ ਆਪਾਂ ਰੈਗੂਲਰਲੀ ਯੂਜ਼ ਕਰਦੇ ਹਾਂ, ਉਹਦੇ ਨਾਲ ਪਹਿਲਾਂ ਇੱਕ ਵਾਰੀ ਸਿਲਾਈ ਲਗਾ ਲੈਣੀ ਆ, ਅਤੇ ਇਹਦੇ ਨਾਲ ਫਿਰ ਜਿੱਪਰ ਦੇ ਵਿੱਚ ਵਲ ਨਹੀਂ ਪੈਂਦਾ, ਅਤੇ ਹੋਰ ਹੈਂਡਲ ਕਰਨੀ ਵੀ ਈਜ਼ੀ ਹੋ ਜਾਂਦੀ ਆ ਜਦੋਂ ਆਪਾਂ ਜਿੱਪਰ ਫੁੱਟ ਦੇ ਨਾਲ ਸਿਲਾਈ ਲਗਾਉਣੀ ਹੁੰਦੀ ਆ। ਅਤੇ ਹੁਣ ਆਪਾਂ ਦੂਸਰੀ ਸਾਈਡ 'ਤੇ ਵੀ ਸਿਲਾਈ ਲਗਾ ਦਿਆਂਗੇ। ਜਦੋਂ ਸਿਲਾਈ ਲਗਾਉਣੀ ਆ, ਜਿੱਪਰ ਜਿਹੜਾ ਫੁੱਟ ਆ, ਜਿੱਪਰ ਦੀ ਜਿਹੜੀ ਦੰਦੇ ਹੁੰਦੇ ਆ ਉਹਨਾਂ ਦੇ ਕੋਲ ਚੇਨ ਦੇ ਕੋਲ ਐਨ ਸਿਲਾਈ ਲਗਾਉਣੀ ਆ, ਟੱਚ ਕਰਦਾ ਹੋਣਾ ਚਾਹੀਦਾ ਆ ਤੁਹਾਡਾ ਜਿਹੜਾ ਮਸ਼ੀਨ ਦਾ ਫੁੱਟ। ਹੁਣ ਮੈਂ ਚੇਨ ਜੇ ਫੁੱਟ ਕਰ ਲਿਆ ਆ, ਜਿੱਪਰ ਫੁੱਟ ਲਾ ਲਿਆ, ਅਤੇ ਜਦੋਂ ਜਿੱਪਰ ਫੁੱਟ ਦੇ ਨਾਲ ਸਿਲਾਈ ਲਗਾਉਣੀ ਆ, ਅਤੇ ਫਰੰਟ ਤੋਂ ਚੇਨ ਨੂੰ ਆਪਣੀ ਉਂਗਲ ਦੇ ਨਾਲ ਖੋਲ੍ਹਦੇ ਜਾਣਾ ਆ, ਕਿਉਂਕਿ ਜਿਹੜੀ ਸਿਲਾਈ ਲੱਗਣੀ ਉਹ ਬਿਲਕੁਲ ਜਿੱਪਰ ਦੇ ਕੋਲ ਲੱਗੇ ਐਨ ਚੇਨ ਦੇ ਕੋਲ। ਅਤੇ ਹੁਣ ਆਪਾਂ ਦੂਸਰੀ ਸਾਈਡ ਤੋਂ ਵੀ ਇਸੇ ਤਰੀਕੇ ਦੇ ਨਾਲ ਸਿਲਾਈ ਜਿਹੜੀ ਆ ਮੋਹਰੇ ਫਿੰਗਰ ਦੇ ਨਾਲ ਜਿੱਪਰ ਨੂੰ, ਜਿੱਪਰ ਦੀ ਚੇਨ ਨੂੰ ਖੋਲ੍ਹਦੇ ਜਾਣਾ ਆ ਥੋੜ੍ਹਾ ਜਿਹਾ ਜਿਵੇਂ ਮਤਲਬ, ਅਤੇ ਉਹਦੇ ਕੋਲ ਐਨ ਸਿਲਾਈ ਲੱਗੂਗੀ। ਅਤੇ ਹੁਣ ਇਹਨੂੰ ਜਦੋਂ ਆਪਾਂ ਓਪਨ ਕਰਨਾ ਆ, ਜਿੱਪਰ ਨੂੰ ਉੱਪਰ ਨੂੰ ਲਿਆਉਣਾ ਆ, ਥੋੜ੍ਹਾ ਜਿਹਾ ਔਖਾ ਹੁੰਦਾ ਆ, ਪਰ ਜਿੱਪਰ ਦੀ ਜਿਹੜੀ ਸਫਾਈ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਲੱਗਦੀ ਹੈਗੀ ਆ। ਜਦੋਂ ਥੱਲਿਓਂ ਕਈ ਵਾਰੀ ਜਿੱਪਰ ਦੇ ਜਗ੍ਹਾ ਜਿਹੀ ਥੋੜ੍ਹੀ ਜਿਹੀ ਜ਼ਿਆਦਾ ਰਹਿ ਜਾਂਦੀ ਆ, ਜੇ ਆਪਾਂ ਈਜ਼ੀਲੀ ਇਹਨੂੰ ਥੋੜ੍ਹਾ ਜਿਹਾ ਖੁੱਲ੍ਹਾ ਛੱਡ ਦੇਈਏ ਤਾਂ। ਅਤੇ ਇਹਦੇ ਲਈ ਹੁਣ ਆਪਣੀ ਇਹ ਜਿੱਪਰ ਨਿਕਲ ਚੁੱਕੀ ਆ, ਅਤੇ ਹੁਣ ਆਪਾਂ ਇਹਨੂੰ ਜਿੱਪਰ ਨੂੰ ਬੰਦ ਕਰ ਦਿਆਂਗੇ। ਜਿੱਪਰ ਨੂੰ ਬੰਦ ਜਦੋਂ ਕਰਨਾ ਆ ਪ੍ਰੋਪਰਲੀ, ਦੋਨਾਂ ਪਾਸਿਆਂ ਤੋਂ ਕੱਪੜਾ ਖਿੱਚ ਕੇ ਥੋੜ੍ਹਾ ਜਿਹਾ ਲੱਗੂ, ਕਈ ਵਾਰੀ ਕੱਪੜਾ ਹੀ ਇਸ ਤਰ੍ਹਾਂ ਦਾ ਹੁੰਦਾ ਕਿ ਪਤਲਾ ਜ਼ਿਆਦਾ ਹੁੰਦਾ, ਉਹ ਜਿੱਪ ਦੇ ਮੋਹਰੇ ਰੌਂਡ ਜਿਹਾ ਬਣ ਕੇ ਆਈ ਜਾਂਦਾ ਆ।
ਜਦੋਂ ਇੱਕ ਵਾਰੀ ਸਹੀ ਤਰੀਕੇ ਨਾਲ ਲੱਗ ਗਈ ਜੈਪ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ। ਜੇ ਨਹੀਂ ਲੱਗ ਰਹੀ ਤਾਂ ਇਹਨੂੰ ਤੁਸੀਂ ਪ੍ਰੈੱਸ ਕਰ ਸਕਦੇ ਹੋ, ਕੱਪੜੇ ਨੂੰ ਕੱਪੜਾ ਫਿਰ ਪਿਛਲੇ ਪਾਸੇ ਨੂੰ ਥੋੜ੍ਹਾ ਸੈੱਟ ਹੋ ਜਾਂਦਾ ਹੈਗਾ ਹੈ। ਹੁਣ ਆਪਣੀ ਜਿੱਪਰ ਆ ਜਿਹੜੀ ਬਣ ਕੇ ਰੈਡੀ ਹੋ ਲੱਗ ਕੇ ਰੈਡੀ ਹੋ ਗਈ ਆ ਸਾਰੀ, ਅਤੇ ਆਪਣਾ ਕੋਈ ਵੀ ਇਹਦੇ ਵਿੱਚ ਵਲ ਨਹੀਂ ਪਿਆ ਹੈਗਾ। ਅਤੇ ਹੁਣ ਆਪਾਂ ਜਿਹੜੀ ਗਲੇ ਨੂੰ ਪਾਈਪਿੰਗ ਲਗਾਉਣੀ ਆ ਉਹ ਰੈਡੀ ਕਰਾਂਗੇ। ਇਹ ਮੇਰਾ ਜਿਹੜਾ ਰੇਬ ਕੱਪੜਾ ਮੈਂ ਕੱਟਿਆ ਸੀਗਾ ਗਲੇ ਨੂੰ, ਰਾਊਂਡ ਗਲੇ ਨੂੰ ਲਗਾਉਣਾ ਆ। ਸਿੱਧਾ ਵੀ ਲਗਾ ਸਕਦੇ ਹਾਂ, ਜੇ ਰੇਬ ਕੱਪੜਾ ਲਗਾਓ ਤਾਂ ਉਹਦੇ ਨਾਲ ਥੋੜ੍ਹੀ ਜਿਹੀ ਸਫਾਈ ਜ਼ਿਆਦਾ ਆਉਂਦੀ ਆ। ਹੁਣ ਆਪਾਂ ਗਲੇ ਨੂੰ ਪਾਈਪਿੰਗ ਲਗਾਉਣੀ ਆ, ਅਤੇ ਬੜੇ ਧਿਆਨ ਨਾਲ ਲਗਾਉਣੀ ਹੈਗੀ ਆ, ਕਿਉਂਕਿ ਕੱਪੜੇ ਨੂੰ ਗਲੇ 'ਤੇ ਵਲ ਨਹੀਂ ਪੈਣਾ ਚਾਹੀਦਾ। ਤੁਸੀਂ ਕੱਪੜਾ ਮੈਨੇਜ ਕਰਨਾ ਪ੍ਰੋਪਰਲੀ, ਨਾ ਤਾਂ ਕੱਪੜੇ ਨੂੰ ਜ਼ਿਆਦਾ ਖਿੱਚਣਾ ਆ। ਜਦੋਂ ਤੁਸੀਂ ਲਗਾਉਂਦੇ ਤੁਹਾਨੂੰ ਪਤਾ ਲੱਗ ਜਾਂਦਾ ਆ ਕਿ ਸਾਡੀ ਸਾਫ਼ ਲੱਗ ਰਹੀ ਆ ਜਿੱਪਰ, ਜੋ ਵੀ ਅਸੀਂ ਪਾਈਪਿੰਗ ਲਗਾ ਰਹੇ ਹੈਗੇ ਹਾਂ। ਹੁਣ ਆਪਾਂ ਜਿਹੜਾ ਗਲਾ ਮੈਂ ਕੱਟਿਆ ਸੀਗਾ ਪਹਿਲਾਂ ਇੰਟਰਫੇਸਿੰਗ ਲਗਾ ਕੇ, ਉਹ ਮੈਂ ਗਲਾ ਪੱਟਣ ਦੀਆਂ ਵੀਡੀਓ ਵੀ ਅੱਗੇ ਕਈ ਵਾਰੀ ਸ਼ੋਅ ਕੀਤੀਆਂ ਨੇ, ਅਤੇ ਗਲੇ ਦੇ ਉੱਪਰ ਗਲਾ ਰੱਖ ਕੇ ਮੈਂ ਕੱਟ ਕਰ ਲੈਂਦੀ ਹੁੰਦੀ ਹਾਂ। ਅਤੇ ਹੁਣ ਆਪਾਂ ਛੋਟੇ ਛੋਟੇ ਟੱਕ ਪਾ ਕੇ ਅਤੇ ਇਸ ਨੂੰ ਆਪਾਂ, ਹੁਣ ਮੈਂ ਫੁੱਟ ਚੇਂਜ ਕਰ ਲਿਆ ਹੈਗਾ ਆ, ਅਤੇ ਆਪਾਂ ਇਹਨੂੰ ਦਬਵੀਂ ਸਿਲਾਈ ਜਦੋਂ ਲਗਾਉਣੀ ਆ ਗਲੇ ਨੂੰ, ਗਲੇ ਦੀ ਸ਼ੇਪ ਵਾਲੀ ਸਾਈਡ ਨੂੰ ਰਾਊਂਡ ਦੇ ਵਿੱਚ ਮੋੜ ਦੇ ਜਾਣਾ ਹੈਗਾ ਆ, ਅਤੇ ਉਹਦੇ ਨਾਲ ਜਿਹੜੇ ਟੱਕ ਪਾਏ ਨੇ ਉਹ ਪ੍ਰੋਪਰਲੀ ਖੁੱਲ੍ਹ ਕੇ ਸਿਲਾਈ ਲੱਗਦੀ ਆ ਉਹਨਾਂ 'ਤੇ, ਅਤੇ ਆਪਣਾ ਗਲੇ ਦੀ ਸਫਾਈ ਬਹੁਤ ਵਧੀਆ ਤਰੀਕੇ ਨਾਲ ਆਉਂਦੀ ਆ। ਹੁਣ ਆਪਾਂ ਜਿਹੜੀ ਗਲੇ ਦੀ ਪੱਟੀ ਵਿੱਚ ਲਗਾਈ ਸੀ ਉਹਨੂੰ ਆਪਾਂ ਫੋਲਡ ਕਰਕੇ ਰੈਡੀ ਕਰਾਂਗੇ। ਇਸ ਨੂੰ ਵੀ ਆਪਾਂ ਗਲੇ ਦੀ ਸ਼ੇਪ ਵਾਲੀ ਸਾਈਡ ਨੂੰ ਫੋਲਡ ਕਰਕੇ ਮੋੜ ਦੇ ਜਾਣਾ, ਅਤੇ ਉਹਦੇ ਨਾਲ ਕੋਈ ਵਾਲ ਨਹੀਂ ਪੈਂਦਾ ਹੈਗਾ ਵਿੱਚ ਇਹਦੇ। ਹੁਣ ਆਪਾਂ ਇਹਨੂੰ ਪ੍ਰੈੱਸ ਕਰ ਲਵਾਂਗੇ, ਅਤੇ ਪ੍ਰੈੱਸ ਦੇ ਨਾਲ ਫਿਰ ਇਹਦੀ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਾਫ਼ ਹੋ ਜਾਊਗਾ। ਹੁਣ ਮੈਂ ਪ੍ਰੈੱਸ ਕਰ ਲਿਆ, ਜਿੱਪ ਆਪਣੀ ਲੱਗ ਚੁੱਕੀ ਆ, ਇਹਨੂੰ ਮੈਂ ਕੋਈ ਵੀ ਆਪਣਾ ਵਾਲ ਨਹੀਂ ਪਿਆ ਹੈਗਾ ਜਿੱਪ ਨੂੰ, ਅਤੇ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਜਿੱਪ ਲਾਉਣ ਦੀ ਟਰਾਈ ਕਰਿਓ। ਵੀਡੀਓ ਨੂੰ ਫੁੱਲ ਵੇਖਿਓ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ ਅਤੇ ਸ਼ੇਅਰ ਕਰਿਓ ਫਰੈਂਡਸ ਦੇ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ, ਅਤੇ ਰੱਬ ਰਾਖਾ।